अपने कोई उम्मीदवार उतार दो तो मेन मुद्दे की ने पंजाब दे जे तुसी उतार दो तो तुहानू की लगता कमियां की लगदियां ने पंजाब दे विच इह कम होणा साडा उहनू ही समर्थन होएगा जे असीं करांगे जिहड़ा सनातन धर्म की रक्षा लई गल करेगा जिहड़ा गऊ रोहत्या रोकण लई गल करेगा जिहड़ा आतंकवाद के खिलाफ गैंगस्टरां के खिलाफ खालिस्तान के खिलाफ खुल के ਕਿੰਨਾ ਕਿ ਲੱਗਦਾ ਹੈ ਬਾਰ ਬਾਰ ਮੋਦੀ ਜੀ ਵੱਲੋਂ ਵੀ ਕਿਹਾ ਜਾਂਦਾ ਕਹਿੰਦਾ ਕਿ ਖਤਰਾ ਹੈ ਹਿੰਦੂਆਂ ਨੂੰ ਬਹੁਤ ਜ਼ਿਆਦਾ ਕਿੰਨਾ ਖਤਰਾ ਲੱਗਦਾ ਤੁਹਾਨੂੰ ਖਤਰਾ ਹੈ ਪਿਛਲੇ 2-3 ਸਾਲਾਂ ਦੇ ਵਿੱਚ ਸਾਡੇ 6-7 ਸਾਥੀ ਜਾ ਚੁੱਕੇ ਨੇ ਬ੍ਰਿਗੇਡੀਅਰ ਗੰਗਰੇਜਾ ਜੀ ਆਰਐਸਐਸ ਦੀ ਉਹਨਾਂ ਦੀ ਹੱਤਿਆ ਹੋਈ ਆ ਸ਼ਿਵਸੈਨਾ ਦੇ ਨੇਤਾ ਦੁਰਗਾ ਗੁਪਤਾ ਜੀ ਦੀ ਹੱਤਿਆ ਹੋਈ ਆ ਹਿੰਦੂ ਤੱਕ ਤੋਂ ਅਮਿਤ ਸ਼ਰਮਾ ਦੀ ਹੱਤਿਆ ਹੋਈ ਆ ਗੁਸਾਈਂ ਜੀ ਦੀ ਹੱਤਿਆ ਹੋਈ ਆਰਐਸਐਸ ਤੋਂ ਕਿੰਨੇ ਹਿੰਦੂ ਸ਼ਹੀਦ ਹੋਏ ਨੇ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜੇ ਕਿਤੇ ਗਊ ਮਾਤਾ ਜਾ ਰਹੀ ਆ ये जी शिवसेना वाले की मां जा रही है ये हिंदुओं की मां जा रही है। चोणां नूं लैके जिथे बड़ी बड़ी सियासी पार्टियां अपने उम्मीदवार चोण मैदान में उतार रही है उत्थे हुण शिवसेना ने ऐलान कर दिता है कि असीं भी चोणां लड़ांगे तां इसनूं लैके उन्होंने अपने उम्मीदवार नाल अज मीटिंग की है तो गलबात करदे आं शिवसेना प्रधान जिहड़े निशान शर्मा साडे नाल शर्मा जी 2022 ਨੂੰ ਲੈ ਕੇ ਕੀ ਕੀ ਤਿਆਰੀ ਕੀਤੀ ਨੇ ਅੱਜ ਜਿਹੜੇ ਉਮੀਦਵਾਰਾਂ ਨਾਲ ਤੁਸੀਂ ਮੀਟਿੰਗ ਕੀਤੀ ਹੈ ਦੇਖੋ ਸ਼ਿਵਸੈਨਾ ਹਿੰਦ ਦਾ ਹਜੇ ਚੋਣਾਂ ਬਾਰੇ ਕੋਈ ਫੈਸਲਾ ਨਹੀਂ ਹੋਇਆ ਕੋਰ ਕਮੇਟੀ ਸਾਡੀ ਬੈਠਕ ਹੋਏਗੀ ਉਹ ਫੈਸਲਾ ਲੇਗੀ ਕਿ ਕੀ ਅਸੀਂ ਚੋਣਾਂ ਲੜਨਾ ਹੈ ਜਾਂ ਕਿਹਨੂੰ ਸਮਰਥਨ ਦੇਣਾ ਹੈ ਨਹੀਂ ਦੇਣਾ ਹੈ ਪਰੰਤੂ ਫਿਲਹਾਲ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਰ ਚਰਨਜੀਤ ਸਿੰਘ ਚੰਨੀ ਜੀ ਅਸੀਂ ਉਹਨਾਂ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਹਾਂ ਹਿੰਦੂ ਸੁਰੱਖਿਅਤ ਮੌਜੂਦ ਕਰ ਰਹੇ ਉਹਨਾਂ ਦੇ ਆਉਣ ਤੋਂ ਬਾਅਦ ਕਿਉਂਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਚਾਹੇ ਕੋਈ ਸਨਾਤਨ ਧਰਮ ਹੋ ਜਾਂ ਸਿੱਖ ਧਰਮ ਉਹਨਾਂ ਦੀ ਪੂਰੀ ਆਸਥਾ ਆ ਮੈਂ ਖਰੜ ਦਾ ਹੋਣ ਕਰਕੇ ਜਾਣਦਾ ਕਿਉਂਕਿ ਉਹ ਗਊਸ਼ਾਲਾ 'ਚ ਵੀ ਨਿਯਮਤ ਜੋ ਕਾਰਜਕ੍ਰਮ ਹੁੰਦੇ ਉੱਥੇ ਆਉਂਦੇ ਰਹੇ ਆ ਸਾਡੇ ਸਨਾਤਨ ਅੰਬਿਕਾ ਦੇਵੀ ਮੰਦਿਰ ਆ ਉੱਥੇ ਵੀ ਆਉਂਦੇ ਰਹੇ ਆ ਅਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਜਿਹੜੇ ਲੋਕ ਉਹਨਾਂ 'ਤੇ ਕਟਾਕਸ਼ ਕਰ ਰਹੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਕਟਾਕਸ਼ ਕਰਨੇ ਬੰਦ ਕਰ ਦਿਓ ਨਹੀਂ ਤਾਂ ਅਸੀਂ ਖੁੱਲ੍ਹਾ ਉਹਨਾਂ ਨੂੰ ਚੈਲੰਜ ਦਿੰਦੇ ਉਹਨਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਾਂਗੇ ਅਸੀਂ ਜੀ ਤੁਸੀਂ ਆਪਣੇ ਕੋਈ ਉਮੀਦਵਾਰ ਉਤਾਰ ਦਿਓ ਤਾਂ ਮੇਨ ਮੁੱਦੇ ਕੀ ਨੇ ਪੰਜਾਬ ਦੇ ਵਿੱਚ ਜੇ ਤੁਸੀਂ ਉਤਾਰ ਦਿਓ ਤਾਂ ਤੁਹਾਨੂੰ ਕੀ ਲੱਗਦਾ ਕਮੀਆਂ ਕੀ ਲੱਗਦੀਆਂ ਨੇ ਪੰਜਾਬ ਦੇ ਵਿੱਚ ਇਹ ਕੰਮ ਹੋਣ ਵਾਲੇ ਨੇ ਦੇਖੋ ਪੰਜਾਬ ਦੇ ਵਿੱਚ ਫਿਲਹਾਲ ਸਾਡਾ ਧਾਰਮਿਕ ਸੰਗਠਨ ਹੈ ਅਸੀਂ ਰਾਜਨੀਤੀ ਦੇ ਵਿੱਚ ਉਤਰਨ ਦਾ ਕੋਈ ਫੈਸਲਾ ਨਹੀਂ ਲਿੱਤਾ ਜਦ ਅਸੀਂ ਉਤਾਰਾਂਗੇ ਤਾਂ ਸਾਡਾ ਚੋਣ ਮੈਨੀਫੈਸਟੋ ਵੀ ਜਾਰੀ ਹੋਏਗਾ ਉੱਥੇ ਸਾਰਾ ਕੁਝ ਹੋਏਗਾ ਪਰ ਸਾਡਾ ਉਹਨੂੰ ਹੀ ਸਮਰਥਨ ਹੋਏਗਾ ਜੇ ਅਸੀਂ ਕਰਾਂਗੇ ਜਿਹੜਾ ਸਨਾਤਨ ਧਰਮ ਦੀ ਰੱਖਿਆ ਲਈ ਗੱਲ ਕਰੇਗਾ ਜਿਹੜਾ ਗਊ ਰੋਹਤਿਆ ਰੋਕਣ ਲਈ ਗੱਲ ਕਰੇਗਾ ਜਿਹੜਾ ਆਤੰਕਵਾਦ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਖੁੱਲ ਕੇ ਕੰਮ ਕਰੇਗਾ ਕਿੰਨਾ ਕੁ ਲੱਗਦਾ ਹੈ ਬਾਰ ਬਾਰ ਮੋਦੀ ਜੀ ਵੱਲੋਂ ਵੀ ਕਿਹਾ ਜਾਂਦਾ ਕਹਿੰਦਾ ਜੀ ਖਤਰਾ ਹੈ ਹਿੰਦੂਆਂ ਨੂੰ ਬਹੁਤ ਜ਼ਿਆਦਾ ਕਿੰਨਾ ਖਤਰਾ ਲੱਗਦਾ ਤੁਹਾਨੂੰ ਦੇਖੋ ਖਤਰਾ ਹੈ ਪਿਛਲੇ 2-3 ਸਾਲਾਂ ਦੇ ਵਿੱਚ ਸਾਡੇ 6-7 ਸਾਥੀ ਜਾ ਚੁੱਕੇ ਨੇ ਬ੍ਰਿਗੇਡੀਅਰ ਗੰਗਰੇਜਾ ਜੀ ਆਰਐਸਐਸ ਦੀ ਉਹਨਾਂ ਦੀ ਹੱਤਿਆ ਹੋਈ ਆ ਸ਼ਿਵਸੈਨਾ ਦੇ ਨੇਤਾ ਦੁਰਗਾ ਗੁਪਤਾ ਜੀ ਦੀ ਹੱਤਿਆ ਹੋਈ ਆ ਹਿੰਦੂ ਤੱਕ ਤੋਂ ਅਮਿਤ ਸ਼ਰਮਾ ਦੀ ਹੱਤਿਆ ਹੋਈ ਆ ਗੁਸਾਈਂ ਜੀ ਦੀ ਹੱਤਿਆ ਹੋਈ ਆਰਐਸਐਸ ਤੋਂ ਕਿੰਨੇ ਹਿੰਦੂ ਸ਼ਹੀਦ ਹੋਏ ਨੇ ਪਿਛਲੀ ਵਾਰੀ ਬਹੁਤ ਜ਼ਿਆਦਾ ਕੇਸ ਵੀ ਹੋਏ ਨੇ ਤੁਹਾਡੇ ਤੇ ਉਹ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਹੁਣ ਤੁਸੀਂ ਬਾਹਰ ਵੀ ਆਏ ਹੋ ਕਿ ਸਾਡੇ ਖਿਲਾਫ ਹਾਲ ਹੀ ਦੇਸ਼ ਦਰੋਹ ਦਾ ਪਰਚਾ ਦਰਜ ਹੋਇਆ ਸੀਗਾ ਸਾਨੂੰ ਅਦਾਲਤ ਤੇ ਪੂਰਾ ਇਨਸਾਫ ਹੈ ਫਿਲਹਾਲ ਉਸ ਮੁਕਦਮੇ ਦੀ ਜਾਂਚ ਵੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਸਾਰੇ ਉਸ ਕੇਸ 'ਚ ਕਲੀਨ ਚਿੱਟ ਮਿਲੇਗੀ ਪਹਿਲਾਂ ਵੀ ਕਲੀਨ ਚਿੱਟ ਮਿਲਦੀ ਆਈ ਹੈ ਕੇਸ ਦੇ ਬਾਰੇ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਆ ਇਨਕੁਆਇਰੀ ਉਸ ਕੇਸ ਬਾਰੇ ਕੁਝ ਨਹੀਂ ਮੈਂ ਕਹਾਂਗਾ ਪਰੰਤੂ ਮੇਰਾ ਖੁੱਲ੍ਹਾ ਚੈਲੰਜ ਹੈ ਮੈਂ ਕਦੇ ਵੀ ਕਿਸੇ ਧਰਮ ਦੇ ਖਿਲਾਫ਼ ਕੋਈ ਟਿੱਪਣੀ ਨਹੀਂ ਕੀਤੀ ਮੇਰੀ ਕੋਈ ਸਟੇਟਮੈਂਟ ਕੋਈ ਆਡੀਓ ਵੀਡੀਓ ਸਟੇਟਮੈਂਟ ਕੋਈ ਦਿਖਾ ਦਿਓ ਮੈਂ ਕਿਸੇ ਵੀ ਧਰਮ ਦੇ ਖਿਲਾਫ਼ ਕੁਝ ਨਹੀਂ ਕਿਹਾ ਪਰ ਹਾਂ ਕੁਝ ਜਿਹੜੇ ਬਾਹਰ ਬੈਠੇ ਲੋਕ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਮਿਲਦੀ ਜਿਹੜੇ ਆਤੰਕਵਾਦ ਨੂੰ ਸਮਰਥਨ ਕਰਦੇ ਆ ਉਹ ਸਾਡੇ ਖਿਲਾਫ਼ ਸੋਸ਼ਲ ਮੀਡੀਆ 'ਤੇ ਕੋਈ ਪ੍ਰਚਾਰ ਕਰਦੇ ਆ ਉਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਅੱਛਾ ਯੂਪੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਤੁਹਾਡੇ ਵੀ ਧਿਆਨ ਦੇ ਵਿੱਚ ਹੋਏਗੀ ਕਿਵੇਂ ਦੇਖਦੇ ਹੋ ਉਸ ਬਾਰੇ ਕੀ ਕਹੋਗੇ ਤੁਸੀਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਸੰਤਰੀ ਹੈ ਕੋਈ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਬੀਜੇਪੀ ਦੇ ਮੰਤਰੀ ਦੇ ਬੇਟੇ ਦਾ ਨਾਮ ਆ ਰਿਹਾ ਤੁਹਾਨੂੰ ਲੱਗਦਾ ਕਿ ਇਹ ਕਸੂਰਵਾਰ ਹੋਣਗੇ ਦੇਖੋ ਮੈਂ ਉੱਥੇ 'ਚ ਘਟਨਾ ਵੇਲੇ ਮੌਜੂਦ ਨਹੀਂ ਸੀ ਜੇ ਉਹ ਕਸੂਰਵਾਰ ਹੈ ਤਾਂ ਉਹਨੂੰ ਆਮ ਕ੍ਰਿਮੀਨਲ ਵਾਂਗੂ ਟ੍ਰੀਟ ਕਰਨਾ ਚਾਹੀਦਾ ਨਾ ਕਿ ਮੰਤਰੀ ਦੇ ਬੇਟੇ ਵਾਂਗੂ ਟ੍ਰੀਟਮੈਂਟ ਕਰਨਾ ਚਾਹੀਦਾ ਸਿਆਸੀ ਪਾਰਟੀਆਂ ਬਹੁਤ ਜਾ ਰਹੀਆਂ ਨੇ ਵੱਡੇ ਵੱਡੇ ਇਕੱਠ ਕਰਕੇ ਤੁਹਾਨੂੰ ਲੱਗਦਾ ਕਿ ਸਿਆਸਤ ਵੀ ਹੋ ਰਹੀ ਹੈ ਉੱਥੇ ਜਗ੍ਹਾ ਜਗ੍ਹਾ ਯੂਪੀ ਦੇ ਵਿੱਚ ਸਿਆਸਤ ਹੋ ਰਹੀ ਹੈ ਜੀ ਤੇ ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨੀ ਸੰਘਰਸ਼ 10 ਮਹੀਨੇ ਦੇ ਕਰੀਬ ਹੋ ਗਿਆ ਲੱਗਦਾ ਕਿ ਸਰਕਾਰਾਂ ਨੂੰ ਮੰਨ ਲੈਣਾ ਚਾਹੀਦਾ ਹੁਣ ਦੇਖੋ ਕਿਸਾਨਾਂ ਦਾ ਤੇ ਸਰਕਾਰ ਦਾ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਕਈ ਕਿਸਾਨ ਵੀਰ ਮੇਰੇ ਭਰਾ ਸ਼ਹੀਦ ਹੋ ਰਹੇ ਨੇ ਸੜਕਾਂ ਤੇ ਬੈਠੇ ਆ ਅਸੀਂ ਦੇਖਦੇ ਆ ਹਰ ਸ਼ਹਿਰ 'ਚ ਚੁਰਾਹੇ ਤੇ ਖੜੇ ਨੇ ਵਿਚਾਰੇ ਧੁੱਪ ਹਨੇਰੀ ਮੀਂਹ ਦੇ ਵਿੱਚ ਇਹ ਮਸਲਾ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਵੀ ਚੁੱਕਣਾ ਚਾਹੀਦਾ ਕਿਸਾਨਾਂ ਨੂੰ ਵੀ ਗੱਲਾਂ ਮੰਨਣੀਆਂ ਚਾਹੀਦੀਆਂ ਨੇ ਮਿਲ ਬੈਠ ਕੇ ਮਾਮਲਾ ਖਤਮ ਕਰਨਾ ਚਾਹੀਦਾ
संगठन बहुत बड़ा है, पर एक निशान जी ये बहुत बड़ियां प्रॉब्लम आ रही हैं। असीं भी रोडां दे उत्ते घूमदे आ, जिहड़ियां आवारा पशु घूमदे ने, तां उहनां वास्ते की अरेंजमेंट किया जा रहा थोड़े? गौ जवाब दिंदा इस गल दा, असीं सोशल मीडिया ते भी देखदे आ जे किते गौ माता जा रही आ, इह जी शिवसेना वालां दी मां जा रही आ, इह हिंदुआं दी मां जा रही आ, ठीक है, असीं मां मंनदे आ, पर उहनां नूं सड़कां दे उपर छड्डदा कौण आ? दुध लैण तों बाद कौण छड्डदा दसो? मैं तुहाडे दे सवाल पुछदा, कौण छड्डदा आ? साडे पिंडां दे विच रहिंदे, शहरां दे विच तां गौ तां कोई रखदा नहीं, शहरां च घूम रहिणा, मैं तां अपनी कोठी मेरे गां रखेंगा नहीं। गऊ माता दी जिहड़ा दुध लै लैंदे आ, सब तों पहला कसूरवार तां उह लोक ने, उस तों बाद कसूरवार ने साडियां सरकारां। हुण गऊ सैस दे नाते सानूं सीएम साहब तों अपील आ, मैं पत्र भी लिखिया कि जिहड़ा गऊ सैस दा पैसा है गऊ सैस ते खर्चा जाए, शराब दी बोतल लैण चल जाओ, बिजली दा बिल ते आ जाओ, कोई वाहन खरीदे हो ते ला लो, गऊ सैस लग्या होया। जे उह गऊ सैस गऊ माता दे खर्चा जावे तां गऊ माता सड़कां ते ना रुले, क्योंकि गऊशालां दे विच जिहड़ी गऊशाला दे विच 400 गऊ रखण दी कैपैसिटी, उत्थे हज़ार गऊ आ, उह सारा वड्डियां गऊशाला होर बणनियां चाहीदियां ने। बल्कि असीं इक रिट वी पाण जा रहे हां कि जिन्ना गऊ धन है, जिवें नूरपुर बेदी साइड जंगल ने, उन्हां जंगलां च छड्डिया जाए, तारबंदी की जाए, पानी का प्रबंध किया जाए, चारा उत्ते है ही है। ठीक है, बिल्कुल, तुसीं देख सकते हो कि इह सन निशान शर्मा तो जिन्होंने दस्सिया कि गऊ जिहड़ा टैक्स लिया जांदा सरकारां पर, सरकारां वल्लों पर गऊशाला नहीं बनाया जांदा, इस नूं लैके दस्सिया कि असीं मुख्यमंत्री चरणजीत सिंह चन्नी नूं पत्र भी लिखांगे, तो अपील भी करांगे कि जिहड़े ते होर जिहड़े गऊ ਸ਼ਾਲਾ ਬਣਨੀ ਚਾਹੀਦੀਆਂ, ਜਿਸ ਨੂੰ ਲੈ ਕੇ ਕਿ ਜਿਹੜੀਆਂ ਗਊਆਂ ਸੜਕਾਂ 'ਤੇ ਰੁਲ ਰਹੀਆਂ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਉਸ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇ। ਤੁਹਾਡੇ ਨਾਲ ਕੈਮਰਾਮੈਨ ਸਤਵੰਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼ ਖਰੜ।